ਅੱਜ ਅਸੀਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਾਂ। ਅੱਜ ਅਸੀਂ ਆਪਣੀ ਜਥੇਬੰਦੀ ਵੱਲੋਂ ਜਿਹੜੇ ਐਕਸ਼ਨ ਦਿੱਤੇ ਸੀਗੇ, ਜਿਹਦੇ 'ਚ 21 ਤਰੀਕ ਤੋਂ ਅਸੀਂ ਮੁਕੰਮਲ ਹੜਤਾਲ ਕਰਨ ਜਾ ਰਹੇ ਸੀ, ਪਰ ਪਿਛਲੇ ਦਿਨੀ 16 ਤਰੀਕ ਨੂੰ ਟਰਾਂਸਪੋਰਟ ਮੰਤਰੀ ਜੀ ਨੇ ਮੀਟਿੰਗ ਕਰਕੇ ਤੇ ਅਗਲੀ ਮੀਟਿੰਗ 22 ਤਰੀਕ ਨੂੰ ਦਿੱਤੀ ਸੀ, ਜਿਹਦੇ 'ਚ ਸਾਡੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਸੀਗਾ ਤੇ ਅਸੀਂ ਉਹ ਹੜਤਾਲ ਨੂੰ ਪੋਸਟਪੋਨ ਕਰਕੇ ਲੋਕਾਂ ਦੀ ਖੱਜਲ ਖੁਆਰੀ ਨੂੰ ਮੁੱਖ ਰੱਖਦੇ ਹਾਂ ਮੀਟਿੰਗ ਨੂੰ ਮੁੱਖ ਦਿੱਤਾ। ਪਰ ਮੀਟਿੰਗ 'ਚ ਨਾ ਕਰਕੇ ਟਰਾਂਸਪੋਰਟ ਮੰਤਰੀ ਨੇ ਤੇ ਸਾਨੂੰ ਕਿਤੇ ਨਾ ਕਿਤੇ ਸੰਘਰਸ਼ ਕਰਨ ਲਈ ਮਜਬੂਰ ਕੀਤਾ, ਜਿਹਦੇ ਤੇ ਅੱਜ ਅਸੀਂ 2 ਘੰਟੇ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਔਰ ਇਸ ਤੋਂ ਬਾਅਦ 3 ਔਰ 9 ਤਰੀਕ ਨੂੰ ਜਿੱਥੇ ਜਿੱਥੇ ਸਰਕਾਰ ਜ਼ਿਮਨੀ ਚੋਣਾਂ ਲੜ ਰਹੀ ਆ ਉੱਥੇ ਵਿਰੋਧ ਕਰ ਰਹੇ ਹਾਂ। ਬਿਲਕੁਲ, ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਕਿਉਂਕਿ ਸਰਕਾਰ ਜਦੋਂ ਸੱਤਾ 'ਚ ਆਈ ਸੀ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਤਨਖਾਹ ਪੂਰੀਆਂ ਦੇਣੀਆਂ, ਇਹਨਾਂ ਚੀਜ਼ਾਂ ਨੂੰ ਲੈ ਕੇ ਆਈ ਸੀ ਕਿ ਵਿਭਾਗਾਂ 'ਚੋਂ ਨਿੱਜੀਕਰਨ ਬੰਦ ਕਰਾਂਗੇ। ਉਹੀ ਸਾਡੀਆਂ ਮੰਗਾਂ ਨੇ ਜਿਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ। ਜੇ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਜਾਂਦੀਆਂ ਆਟੋਮੈਟਿਕ ਨਤੀਜੇ ਸਰਕਾਰ ਨੂੰ ਭੁਗਤਣੇ।